जो बोले सो निर्भय। सतगुरु रविदास महाराज की जय। ਕੀ ਨਾਮ ਹੈ ਭਾਈ ਤੁਹਾਡਾ? ਮੇਰਾ ਨਾਮ ਰਾਹੁਲ ਕੁਮਾਰ ਹੈ, ਜਲੰਧਰ ਦਾ ਰਹਿਣ ਵਾਲਾ। ਅੱਛਾ ਜੀ, ਕੀ ਕਹਿਣਾ ਚਾਹੁੰਦੇ ਹੋ? ਇੱਕ ਸੀਸੀਟੀਵੀ ਫੁਟੇਜ ਜਿਹੜਾ ਮੇਰੇ ਤੱਕ ਪਹੁੰਚਿਆ ਜੀ, ਉਹਦੇ ਵਿੱਚ ਬੜਾ ਸਪਸ਼ਟ ਆ ਕਿ ਜਿਹੜੇ ਉੱਥੇ ਪਾਠੀ ਸਾਹਿਬ ਬੈਠੇ ਨੇ ਸਨੀ, ਔਰ ਉਹ ਗੱਦੀ ਤੋਂ ਉੱਠ ਕੇ ਜਾ ਕੇ ਝਗੜਾ ਕਰਦੇ ਆ, ਲੜਾਈ ਕਰਦੇ ਆ, ਭੱਦੀ ਸ਼ਬਦਾਵਲੀ ਬੋਲਦੇ ਆ, ਉਹਨਾਂ ਦੇ ਨਾਲ ਹੋਰ ਕੋਈ ਸਾਥੀ ਮਿਲ ਜਾਂਦੇ ਆ ਜਿਹੜੇ ਉਹਨਾਂ ਨੂੰ ਬਾਹਰ ਤੱਕ ਕੱਢਦੇ ਆ, ਉਸ ਤੋਂ ਬਾਅਦ ਫਿਰ ਜਾ ਕੇ ਉਹ ਗੱਦੀ 'ਤੇ ਉੱਦਾਂ ਹੀ ਵਿਰਾਜਮਾਨ ਹੋ ਜਾਂਦੇ ਆ। ਔਰ ਬਿਲਕੁਲ ਸਾਫ ਐਂਡ ਕਲੀਅਰ ਆ ਕਿ ਗੁਰੂ ਸਾਹਿਬ ਦੀ ਪ੍ਰੀ ਪਲੈਨਿੰਗ ਬੇਅਦਬੀ ਉਹਨੇ ਕੀਤੀ ਹੈ, ਔਰ ਉਹਦੇ 'ਤੇ 295 ਦੀ ਧਾਰਾ 'ਤੇ ਪਰਚਾ ਦਰਜ ਕਰਨਾ ਚਾਹੀਦਾ, ਔਰ ਸਖ਼ਤ ਤੋਂ ਸਖ਼ਤ ਇਹਨਾਂ ਦੋਸ਼ੀਆਂ 'ਤੇ ਕਾਰਵਾਈ ਕਰਨੀ ਚਾਹੀਦੀ ਆ, ਤਾਂ ਕਿ ਇਹੋ ਜਿਹੇ ਗਲਤ ਬੰਦੇ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਕਰਨ 'ਤੇ ਲੱਗੇ ਹੋਏ ਆ, ਇਹਨਾਂ ਨੂੰ ਜਿਹੜੀ ਆ ਨਕੇਲ ਪੈ ਸਕੇ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਾਂ ਉਦਾਸੀਆ ਸਮਾਜ ਤੋਂ, ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਸਾਰਾ ਸਮਾਜ ਬੜਾ ਰੋਸ ਦੇ ਵਿੱਚ ਆ ਕਿ ਉਹਨਾਂ ਨੇ ਜੋ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ, ਪਹਿਲੇ ਨੰਬਰ 'ਤੇ ਉਹਦੇ ਪਰਚਾ ਦਰਜ ਹੋਵੇ ਔਰ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ। ਹਾਂਜੀ ਸਰ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਹਰਬਲਾਸ ਜੀ। ਕਿੱਥੇ ਰਹਿੰਦੇ ਤੁਸੀਂ? ਬਸਤੀ ਗੁਜਾ। ਬਸਤੀ ਗੁਜਾ, ਕੀ ਹੋਇਆ ਸੀਗਾ ਉਸ ਦਿਨ ਗੁਰਦੁਆਰੇ? ਸਮਰਾਂਦ ਮਨਾਉਣ ਵਾਸਤੇ ਅਸੀਂ 17 ਤਰੀਕ ਨੂੰ ਸੰਗਰਾਂਦ ਵਾਲੇ ਦਿਨ ਬਸਤੀ ਗੁਜਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਸੰਗਰਾਂਦ ਮਨਾਉਣ ਗਏ ਸੀ। ਉੱਥੇ ਦਰਬਾਰ ਦੇ ਵਿੱਚ ਕੀਰਤਨ ਚੱਲ ਰਿਹਾ ਸੀਗਾ, ਜਿਹੜੇ ਫਾਦਰ ਸਾਹਿਬ ਨੇ ਉੱਥੋਂ ਮਾਈਕ ਮੰਗਿਆ, ਜਿੱਦਾਂ ਅੱਗੇ ਭੋਜਨ ਬੋਲਦੇ ਆ ਸੇਵਾ ਕਰਦੇ ਮੰਦਿਰ 'ਚ, ਮਾਈਕ ਉਹਨਾਂ ਦਿੱਤਾ। ਸਾਹਮਣੇ ਬੀੜ ਸਾਹਿਬ 'ਤੇ ਬੈਠਾ ਹੋਇਆ ਪਾਠੀ, ਜੋ ਮੌਕੇ ਦਾ ਮੌਜੂਦਾ ਟਾਈਮ ਦਾ ਪਾਠੀ ਹੈ, ਸੰਨੀ ਉਰਫ ਲੱਲਾ, ਉਹਨੇ ਪਿੱਛੋਂ ਮਾਈਕ ਬੰਦ ਕਰ ਦਿੱਤਾ ਸ਼ਰਾਰਤਬਾਜ਼ੀ ਨਾਲ। ਫਾਦਰ ਮਹਾਰਾਜ ਦੀ ਬੀੜ 'ਤੇ ਬੈਠੇ ਬੈਠੇ ਮਹਾਰਾਜ ਦੀ ਬੀੜ 'ਤੇ ਬੈਠੇ ਬੈਠੇ ਬਿਨਾਂ ਵਜ੍ਹਾ ਬਿਨਾਂ ਕੋਈ ਗੱਲ ਤੋਂ ਮਾਈਕ ਬੰਦ ਕਰ ਦਿੱਤਾ। ਫਾਦਰ ਸਾਹਿਬ ਉੱਠ ਕੇ ਦਰਬਾਰ 'ਚੋਂ ਚਲੋ ਬਾਹਰ ਚਲੇ ਗਏ ਲੰਗਰ ਵਾਲੀ ਸਾਈਡ ਨੂੰ, ਲੰਗਰ ਹਾਲ ਵਾਲੀ ਸਾਈਡ ਨੂੰ। ਸੰਨੀ ਨੇ ਇਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਵੱਲ ਇਸ਼ਾਰਾ ਕਰਕੇ ਮੰਦੇ ਚੰਗੇ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ, ਮੰਦੇ ਸ਼ਬਦਾਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਦਰਬਾਰ 'ਚ ਬੈਠੇ ਸੀ ਦੋਨੇ ਭਰਾ, ਮੇਰੇ ਛੋਟੇ ਭਰਾ ਅਨਿਲ ਨੇ ਪ੍ਰਧਾਨ ਨੂੰ ਉੱਥੇ ਬੈਠੀ ਸੰਗਤ ਨੂੰ ਕਿਹਾ ਕਿ ਇਹਨੂੰ ਰੋਕੋ, ਕੀ ਗਲਤ ਗਲਤ ਬੋਲਦਾ ਪਿਆ। ਮਹਾਰਾਜ ਦੀ ਬੀੜ 'ਤੇ ਬੈਠੇ ਬੈਠੇ ਬੀੜ 'ਤੇ ਬੈਠੇ ਬੈਠੇ ਨੇ ਬੇਅਦਬੀ ਕਰਦੇ ਹੋਇਆ ਸੰਨੀ ਪਾਠੀ ਨੇ ਬਹੁਤ ਮੰਦੇ ਸ਼ਬਦ ਬੋਲੇ। ਮੇਰੇ ਭਰਾ ਅਨਿਲ ਨੇ ਦਰਬਾਰ 'ਚ ਬੈਠੀ ਸੰਗਤ ਨੂੰ ਜਦੋਂ ਕਿਹਾ ਕਿ ਇਹਨੂੰ ਰੋਕੋ, ਕੀ ਗਲਤ ਸ਼ਬਦ ਬੋਲਦਾ ਪਿਆ, ਪਾਠੀ ਬੇਅਦਬੀ ਨਾਲ ਉੱਠਦਾ ਹੋਇਆ ਗੁਰੂ ਮਹਾਰਾਜ ਦੇ ਬੀੜ ਦੀ ਬੇਅਦਬੀ ਕਰਦਿਆਂ ਹੋਇਆ
ਮਤਲਬ ਪਾਠ ਕਰਦਾ ਕਰਦਾ ਉੱਠ ਕਰਦਾ ਕਰਦਾ ਉੱਠ ਕੇ ਆਇਆ, ਉੱਠ ਕੇ ਮੰਦੇ ਸ਼ਬਦਾਂ ਦਾ ਪ੍ਰਯੋਗ ਕਰਦਾ ਹੋਇਆ ਆ ਕੇ ਹੱਥੀ ਪੈਣ ਲੱਗਾ। ਮੈਂ ਉਸ ਨੂੰ ਰੋਕਿਆ, ਉਹ ਹੱਥੀ ਆਪਣੇ ਸਾਥੀਆਂ ਨਾਲ ਆ ਕੇ ਹਮਲਾਵਰ ਹੋ ਗਿਆ, ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਲੜਾਈ ਝਗੜਾ ਕੀਤਾ ਅਤੇ ਫਿਰ ਉੱਠ ਕੇ ਜਾ ਕੇ ਬੀੜ 'ਤੇ ਦੁਬਾਰਾ ਬੈਠ ਗਿਆ, ਬੇਅਦਬੀ ਕੀਤੀ ਗੁਰੂ ਸਾਹਿਬ ਦੀ, ਬੀੜ ਸਾਹਿਬ ਦੀ ਬੇਅਦਬੀ ਕੀਤੀ। ਇਸ ਤਰ੍ਹਾਂ ਦੇ ਸ਼ਖਸਾਂ ਨੂੰ ਜਿਹੜੇ ਗੁਰੂ ਸਾਹਿਬ ਦੀ ਸਾਰੇ ਸਮਾਜ ਦੀ ਬੇਅਦਬੀ ਕਰਦੇ ਹਨ, ਗੁਰੂ ਸਾਹਿਬ ਦੀ ਬੀੜ ਸਾਹਿਬ ਦੀ ਬੇਅਦਬੀ ਕਰਦੇ, ਇਹਨਾਂ ਨੂੰ ਬੀੜ ਸਾਹਿਬ 'ਤੇ ਬਹਿਣ ਦਾ ਕੋਈ ਅਧਿਕਾਰ ਨਹੀਂ ਹੈਗਾ। ਇਹ ਪਾਠ ਮਤਲਬ ਰੋਜ਼ ਕਰਦਾ ਜਿਹੜਾ ਇਹ ਰੋਜ਼ ਕਰਨ ਆਉਂਦਾ। ਅੱਛਾ ਜੀ। ਨਾ ਤਜਰਬੇਕਾਰ ਬੰਦੇ ਹਨ, ਸਾਨੂੰ ਇਹਨਾਂ ਨਾਲ ਕੋਈ ਮਤਲਬ ਨਹੀਂ ਇਸ ਚੀਜ਼ ਦਾ, ਲੇਕਿਨ ਇਹਨਾਂ ਨੇ ਜਿਹੜੀ ਬੇਅਦਬੀ ਕੀਤੀ ਹੈ ਇਸਦਾ ਸਾਰੇ ਸਮਾਜ ਰਵਿਦਾਸਿਆ ਸਮਾਜ ਨੂੰ, ਸਾਡੇ ਮਨ ਨੂੰ ਬਹੁਤ ਜ਼ਿਆਦਾ ਠੇਸ ਲੱਗੀ ਹੈ। ਇਹਨਾਂ ਨੇ ਜੋ ਵੀ ਕੀਤਾ ਬਹੁਤ ਗਲਤ ਕੀਤਾ। ਕਿੰਨੇ ਚਿਰ ਤੋਂ ਜਾਂਦੇ ਉੱਥੇ ਤੁਸੀਂ ਗੁਰਦੁਆਰੇ? ਅਸੀਂ ਜਨਮ ਤੋਂ ਹੀ ਜਾ ਰਹੇ ਹਾਂ, ਫਾਦਰ ਸਾਹਿਬ ਸਾਡੇ ਪਿਛਲੇ 60 ਸਾਲ ਤੋਂ 63 ਸਾਲ ਤੋਂ ਉੱਥੇ ਦਰਬਾਰ 'ਚ ਜਾ ਰਹੇ ਸੇਵਾ ਕਰ। ਜਦ ਤੋਂ ਮੰਦਰ ਬਣਿਆ ਉਸ ਤੋਂ ਪਹਿਲਾਂ ਦੇ, ਜਦੋਂ ਮੰਦਰ ਨਹੀਂ ਸੀ ਬਣਿਆ ਉਸ ਤੋਂ ਪਹਿਲਾਂ ਦੀ ਜਦੋਂ ਦੀ ਸਭਾ ਚੱਲਦੀ ਹੈ ਉਹਨਾਂ ਸਭਾ ਦੇ ਨਾਲ ਕੰਮ ਕਰਦੇ ਕਰਦੇ ਇੱਥੇ ਕਰਾ ਗਏ ਨੇ ਅਤੇ ਅੱਜ ਤੱਕ ਉੱਥੇ ਦਰਬਾਰ ਵਿੱਚ ਫ੍ਰੀ ਸੇਵਾ ਕਰਦੇ ਆ ਰਹੇ ਹਨ। ਅਸੀਂ ਸੇਵਾ ਭਾਵਨਾ ਜਾਣਦੇ ਹਨ। ਇਹ ਸਾਡੇ ਨਾਲ ਧੱਕੇਸ਼ਾਹੀ ਕੀਤੀ ਇਹਨਾਂ ਨੇ ਔਰ ਮਾਰਪੀਟ ਕੀਤੀ, ਠੀਕ ਹੈ ਜੀ। ਇਹਨਾਂ ਨੇ ਜਦੋਂ ਉਹਨਾਂ ਨੇ ਇੱਦਾਂ ਬੇਅਦਬੀ ਕੀਤੀ ਹੈ, ਕਿਸੇ ਨੇ ਉੱਥੇ ਕਿਹਾ ਨਹੀਂ ਉਹਨਾਂ ਨੂੰ ਵੀ ਤੁਸੀਂ ਉੱਠ ਕੇ ਕਿੱਦਾਂ ਮਾਰੇ ਦੀ ਬੀੜ ਤੋਂ? ਜਦੋਂ ਮੇਰੇ ਭਰਾ ਨੇ ਇਹਨਾਂ ਨੇ ਕਿਹਾ ਅਤੇ ਇਹਨਾਂ ਨੇ ਕਿਸੇ ਨੇ ਵੀ ਉਸ ਸੰਨੀ ਨੂੰ ਪਾਠੀ ਨੂੰ ਲੱਲੇ ਨੂੰ ਕੁਛ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ, ਉਲਟਾ ਇਹਨਾਂ ਸਾਥੀਆਂ ਨੇ ਮਾਰਪੀਟ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦਾ CCTV ਫੁਟੇਜ ਸਾਡੇ ਕੋਲ ਮੌਕੇ ਦੀ ਮੌਜੂਦ ਹੈ, ਉਹ ਅਸੀਂ ਦੇ ਸਕਦੇ ਹਾਂ, ਤੁਹਾਨੂੰ ਦਿਖਾ ਸਕਦੇ ਹਾਂ, ਤੁਸੀਂ ਆਪ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਠੀ ਸੰਨੀ ਬੀੜ ਸਾਹਿਬ ਤੋਂ ਉੱਠ ਕੇ ਧੱਕੇਸ਼ਾਹੀ ਨਾਲ ਲੜਾਈ ਕਰਨ ਆਉਂਦਾ, ਮਾਰਪੀਟ ਕਰਨ ਆ ਰਿਹਾ। ਅਰੇ ਸਾਥੀ ਵੀ ਸਾਡਾ ਮਾਰਪੀਟ ਕਰ ਰਹੇ ਹਨ ਔਰ ਬੇਅਦਬੀ ਕਰਦੇ ਹੋਏ ਫਿਰ ਜਾ ਕੇ ਬੀੜ ਸਾਹਿਬ 'ਤੇ ਜਾ ਕੇ ਬਹਿ ਗਿਆ। ਕੀ ਮੰਗ ਕਰਦੇ ਹੋ ਪ੍ਰਸ਼ਾਸਨ? ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਇੱਦਾਂ ਦੇ ਸ਼ਰਾਰਤੀ ਔਰ ਮਾੜੇ ਅਨਸਰਾਂ ਨੂੰ ਮੰਦਰ ਵਿੱਚ ਗੁਰਦੁਆਰੇ ਵਿੱਚ ਬੀੜ ਸਾਹਿਬ 'ਤੇ ਜਾ ਕੇ ਬੈਠਣ ਦਾ ਕੋਈ ਅਧਿਕਾਰ ਨਹੀਂ ਹੈਗਾ। ਜਿਨ੍ਹਾਂ ਨੇ ਬੀੜ ਸਾਹਿਬ ਦੀ, ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ, ਇਹਨਾਂ 'ਤੇ 295 ਦਾ ਪਰਚਾ ਦਰਜ ਕੀਤਾ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰ ਵੀ ਸ਼ਰਾਰਤੀ ਅਨਸਰਾਂ ਨੂੰ ਇਹਨਾਂ ਦੀ ਰਾਹਤ ਮਿਲੇ।